ਉਹਨੇ ਨੀ ਪੈਪ ਰਹਿਗਾ ਉਹਦੀ ਜਾਈ ਡੈਡੀ ਨੂੰ ਲਿਆ ਹੈ ਸ਼ਾਮੀ ਚੱਲ ਜੀ ਪੈਪ ਇੱਕੋ ਹੀ ਬਸ ਲਿਆ ਕੇ ਦੇ ਆਉਣਾ ਬਸ ਡੈਡੀ ਕਹਿੰਦਾ ਅੱਗੇ ਪਤਾ ਨੀ ਕਿਹੜੇ ਇੱਕ ਲੈਣੇ ਹੱਥ ਨਾਲ ਰੋ ਰੋ ਕੰਮ ਕੀਤਾ ਪੈਪ ਹੀ ਟੁੱਟ ਗਿਆ ਪੈਪ ਇੱਕ ਪਾਉਣਾ ਪਾ ਦੀ ਵੀ ਜਿਹੜੇ ਫੇਸਬੁੱਕ ਤੇ ਪੈਰ ਕਰਦੇ ਨੇ ਫੇਸਬੁੱਕ ਪੇਜ ਨੂੰ ਜ਼ਰੂਰ ਫੋਲੋ ਕਰੇ ਸਾਰੇ ਜਾਣੇ ਠੀਕ ਆ ਉੱਪਰ ਫੋਲੋ ਦੀ ਆਪਸ਼ਨ ਆ ਰਹੀ ਹੈ ਸਾਰੇ ਜਾਣੇ ਜ਼ਰੂਰ ਕਿੱਦਾਂ ਫਲਾਸ਼ ਵਿੱਚ ਇਹਨੂੰ ਪਾਉਣਾ ਪੈਂਦਾ ਅੱਗੇ ਬੜੇ ਵੇਖਿਓ ਕੀ ਕਰਨਾ ਇਹਨੇ ਨਹੀਂ ਸਟਾਰਟ ਹੋਣਾ ਇਹ ਖਰਾਬ ਹੈ ਵੀਰ ਨਹੀਂ ਹੋਣਾ ਸਟਾਰਟ ਇਹਨੇ ਰਹਿਪਾ ਅੱਜ ਰਹਿਪਾ ਰਹਿਪਾ ਮਾਲਾ ਨਹੀਂ ਇਹਨੇ ਨਹੀਂ ਸਟਾਰਟ ਹੋਣਾ ਹੈ ਓਏ ਮਰੀ ਜਾ ਕਿੱਦਾਂ ਨਾ ਜਾ ਵੀ ਨਾ ਜਾ ਮਾਲਾ ਮੇਰੀ ਗੱਲ ਤਾਂਹੀਓ ਨਹੀਂ ਸਟਾਰਟ ਹੋਣ ਡਿਆ ਵੀ ਤੇਲ ਮੁੱਕ ਗਿਆ ਵੀਰ ਤੇਲ ਨਹੀਂ ਹੈਗਾ ਪਲੱਗ ਪਲੱਗ ਲੱਥਾ ਜੀ ਇਹ ਕਿਹਨੇ ਲਾਤਾ ਮੈਂ ਰਾਤ ਦਾ ਲਾਇਆ ਪਲੱਗ ਨਾ ਜਾ ਵੇਲਾ ਅੜਚਣਾ ਪੈਣਗੇ ਨਾ ਜਾ ਹੈ ਫੋਨ ਨੀ ਖੜਦਾ ਆਪਣਾ ਰੋਜ਼ਾ ਦਾ ਬਹਿਣੀ ਹੋਈ ਉਹ ਫਿਟੇ ਮੂੰਹ ਤੇਰਾ ਨਹੀਂ ਯੋਰ ਹੋ ਗਿਆ ਵੀਰ ਦਾ ਅੱਜ ਸਟਾਰਟ ਨੀ ਆਲ ਵਾਲ ਫੋਨ ਮੈਂ ਪਲੱਗ ਲਾਤਾ ਸੀ ਬੜੀ ਕਿੱਕ ਮਾਰੀ ਨੇ ਸਟਾਰਟ ਨਾ ਹੋਵੇ ਮੋਟਰਸਾਈਕਲ ਮੈਂ ਖਰਾਬ ਹੋ ਗਿਆ ਰਹਿਪਾ ਅੱਜ ਫਿਰ ਰਹਿਪਾ ਹਾ ਵੇਲਾ ਕਿਉਂਕਿ ਜਦੋਂ ਜ਼ਿਆਦਾ ਨਾ ਹੁੰਦੀਆਂ ਹੋਣ ਨਾ ਫਿਰ ਰਹਿ ਪਿਆ ਕਰ ਇਹ ਨਹੀਂ ਸਟਾਰਟ ਹੋਣਾ ਚਾ ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਠੀਕ ਠਾਕ ਸਰ ਜਣੇ ਸਵਾਗਤ ਲੈਣਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਅਤੇ ਅੱਜ ਮੰਮੀ ਹੁਣੀ ਚੱਲੇ ਨੇ ਵੀ ਯਾਰ ਮੰਮੀ ਇਹ ਤੁਸੀਂ ਬੂਟ ਲਿਆਉਣੇ ਆਪਣੇ ਨਹੀਂ ਮੈਂ ਨਹੀਂ ਲਿਆਉਣੇ ਅੱਜ ਤੁਸੀਂ ਵੀ ਲਾਇਆ ਬੂਟ ਆਪਣੇ ਉਹਨੇ ਸੰਦੀਪ ਨੇ ਵੀ ਲਿਆਉਣੇ ਤੁਸੀਂ ਵੀ ਲਾਇਆ ਦੋਵੇਂ ਜਣੇ ਇੱਕ ਇੱਕ ਜੋੜਾ ਲੈ ਆਇਓ ਠੀਕ ਆ ਠੀਕ ਤੇ ਸੰਦੀਪ ਤੇ ਮੰਮੀ ਚੱਲੇ ਨੇ ਬਾਜ਼ਾਰ ਤੇ ਅੱਜ ਸੰਦੀਪ ਕਿੰਨਾ ਕਾਲਾ ਲੱਗਣ ਡਿਆ ਹਨਾ ਮੈਂ ਫਿਲਟਰ ਲਾ ਕੇ ਗੋਰਾ ਕਰ ਦਿੰਦਾ ਵੀ ਮੇਰਾ ਵੀ ਕਾਲਾ ਹੀ ਆ ਓਏ ਮੇਰਾ ਰੰਗ ਪਹਿਲਾਂ ਹੁੰਦਾ ਸੀ ਸੋਹਣਾ ਪਰਨੇ ਦਾ ਲੜ ਬੜਾ ਵੱਡਾ ਆ ਗਿਆ ਮੈਂ ਇਦਾਂ ਲਾਤਾ ਫਿਰ ਚਲੋ ਕੋਈ ਗੱਲ ਨਹੀਂ ਕਿਰਨ ਦੇ ਵਿਆਹ 'ਚ ਵੇਖਾਂ ਮੇਰਾ ਰੰਗ ਸੋਹਣਾ ਸੀ ਹਨਾ ਹੂੰ ਰੰਗ ਕਿਹਨਾਂ ਚਲੋ ਪਰ ਤੇਰੇ ਵਿਆਹ 'ਚ ਬੜਾ ਟੌਰ ਕੱਢਿਆ ਮੈਂ ਹਨਾ ਅਜੇ ਮੇਰੇ ਵਿਆਹ ਅੰਮ੍ਰਿਤਸਰ ਗਏ ਵਹਿੰਦੇ ਰਹਿ ਗਏ 8-9 ਮਹੀਨੇ ਹੋ ਗਏ 9 ਕੁ ਮਹੀਨੇ ਹੋ ਗਏ 9 ਮਹੀਨੇ ਮੇਰੇ ਵਿਆਹ ਹਨਾ ਅੰਮ੍ਰਿਤਸਰ ਗਏ ਵਹਿੰਦੇ ਰਹਿ ਗਏ ਸੀ ਵੀ ਮੁੰਡੇ ਦੀ ਮਾਂ ਦਾ ਬਹੁਤ ਟੌਰ ਬਿਲਕੁਲ ਹਨਾ ਸਹੀ ਗੱਲ ਚੱਲੇ ਨੇ ਬਾਜ਼ਾਰ ਆਏ ਸੰਦੀਪ ਕਰੇਗੀ ਵਲੌਗ ਮੈਂ ਤੇ ਮੰਮੀ ਅੱਜ ਫੇਰ ਜਾ ਰਹੇ ਹਾਂ ਮਾਰਕੀਟ ਅੱਜ ਖਰੀਦ ਕੇ ਲਿਆਵਾਂਗੇ ਸਮਾਨ ਅਸੀਂ ਪਹੁੰਚ ਚੁੱਕੇ ਹਾਂ ਸ਼ੇਰਾਂ ਵਾਲੇ ਗੇਟ ਹੁਣ ਆਪਾਂ ਜਾ ਰਹੇ ਹਾਂ ਕੰਧ ਸਾਹਿਬ ਦਰਸ਼ਨ ਕਰਨ ਵਾਸਤੇ ਤੇ ਤੁਹਾਨੂੰ ਵੀ ਕਰਵਾਉਂਦੇ ਹਾਂ ਨਾਲ ਚੁੱਕੇ ਹਾਂ ਗੁਰਦੁਆਰਾ ਕੰਧ ਸਾਹਿਬ ਆਓ ਤੁਹਾਨੂੰ ਵੀ ਦਰਸ਼ਨ ਕਰਵਾਉਂਦੇ ਹਾਂ ਦਰਸ਼ਨ ਆਪਾਂ ਕਰ ਲਏ ਆ ਗੁਰਦੁਆਰਾ ਸਾਹਿਬ ਹੁਣ ਜਾਵਾਂਗੇ ਆਪਾਂ ਮਾਰਕੀਟ ਅਤੇ ਉੱਥੋਂ ਲਵਾਂਗੇ ਥੋੜ੍ਹਾ ਜਿਹਾ ਸਮਾਨ
ਪੋਰੀਆਂ ਵਿੱਚ ਵੀ ਦੇ ਦੇ 6 ਨੰਬਰ ਦਿਖਾਂਗੇ ਆਪਾਂ ਸ਼ੂਜ਼ ਮਾ ਚੁੱਕਾ ਸੈ ਲੋ ਇਹ ਕੋ ਕਿਸਾ ਚੀਜ਼ ਕਰਦੀ ਹੈ ਬਹੁਤ ਜ਼ਿਆਦਾ ਸੀ एक नंबर आप छोटा लवांगे ठीक है मेनु ते मम्मी ने इत्थों शूज आ गए पसंद ठीक है कड़े पसंद कर ले चूड़िया का सैट बनावांगे घर जाके गए इत्थों फ्री बाजार हुण जा रहे हैं घर वापस हूँ आप कर लिया रक्षा हम घर जावे आना आप वैसे गड्डी च ही सू रक्षे ते आना पै गया झिड़का पै गया मैनू अज मेरे नाराज हो गए कहते जाओ आपे दोवे जाए आना गड्डी च ही तो करना पै रक्षा पहुंच गए घर हो गया गुस्सा ठंडा अपने मम्मी दे सोने ਹੋਲੇ ਹੀ ਉਦਾਂ ਦੇ ਹਣਾ ਆ ਚਲੋ ਵਧੀਆ ਵਾ ਕਿ ਜਦੋਂ ਨੂੰ ਹੰਡ ਜਾਣਗੇ ਹੋਰ ਆ ਜਾਣਗੇ ਕਿ ਨਹੀਂ ਇਹ ਤਾਂ ਪੁਰਾਣੀਆਂ ਹੀ ਇਹ ਕਿਥੋਂ ਲੈਂਦੀਆਂ ਮੈਂ ਕਦੀ ਵੇਖਿਆ ਨਹੀਂ ਲੈ ਮੈਂ ਨੂੰ ਆਪਾਂ ਪਾਵਾਂ ਮੈਂ ਕਿਹਾ ਕੁੜੀਆਂ ਵਾਲੀ ਇਹ ਕੀ ਤੁਹਾਡੇ ਕੁੜੀਆਂ ਵਾਲੀ ਮੁੰਦਰੀ ਆ ਗਿਫਟ ਕਰਤਾ ਬਰਥਡੇ ਦਾ ਬਰਥਡੇ ਜੇ ਆਉਣਾ ਮੇਰਾ ਪਹਿਲਾਂ ਹੀ ਗਿਫਟ ਕਰਤੇ ਜੀ ਲੈ ਕੁੜੀਆਂ ਵਾਲੀ ਮੁੰਦਰੀ ਲੈ ਉਹ ਲੈ ਖੁੱਲੀ ਨਾ ਇੱਛਾਈ ਪੂਰੀ ਉਹ ਵੇਖੀ ਫਸਾ ਨਾ ਨਹੀਂ ਰਾਂ ਨੂੰ ਗਲ ਮੋਟੀ ਹੋਈ ਹੋਵੇ ਲਾ ਦੇ ਓਹ ਫਸਾਤੀ ਕਣੀ ਉਹ ਕੰਮ ਕਰਤਾ ਕਣੀ ਉਹ ਰੁਕ ਜੋ ਹਾਂ ਉਹ ਫਸਾਤੀ ਓਏ ਲੈ ਆ ਸੈਂਟਰ ਚ ਪਾ ਕੁੜੀਆਂ ਵਾਲੀ ਲਾ 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 ਦੇ ਲਾ ਦੇ ਓਏ ਭਰਾਵਾ ਆ चलो भरा बाबा नानक मेहर रखे गिफ्ट ही गिफ्ट वा खुश रवे अपना बेबी तंदुरुस्त हो जाए बस और कुछ नहीं सारे गिफ्ट ही गिफ्ट कहीं भी वाह अज पति की सेवा हो रही है साढ़े घर इन्हें कदम इन्हें पकौड़े ये केड़े केड़े कपोड़े ने कई निके निके बच्चे कहने ने मम्मी कपोड़े खाने हैं ब्रेड वाले अज आया वा अपना सरबाला जड़ा बनया है मुंडा है ना बाबू मैं नेरे कही गुड्डिया डाउनियां ब्रेड वाले पकौड़े निकलने स्टार्ट हो गए तीन ही पेंदे ना कढ़ाई छोटी ओ हाडा निक्का गुड्डी डाउन डे चल डा शाबाश वाह 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 मेरी कोई गलती नहीं है वाह वाह लो जी हाडा जेड़ा सरबाला आया ये जा रहा है गुरुद्वारा साहिब निक्के घूमने मथा टेकन वास्ते साडे नाल ते नाल मामी जेड़ी मगर बैठे ने ते मम्मी बैठी ने ते दीदी होनी भैणा मेरी के नाल बैठी है आप पहुंच गए गुरुद्वारा साहिब इधर सारी गड्डियां लगी हुई हैं देखो गर्मी बड़ी हो गई है हुण पहले करो पाए तो फिर हुण लानी पैगी नहीं लानी हो ले एक और जैकेट आ गई
ਐਤਵਾਰ ਇਸ ਗੁਰਦੁਆਰੇ ਬਹੁਤ ਜ਼ਿਆਦਾ ਸੰਗਤ ਹੁੰਦੀ ਹੈ। ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣ ਵਾਲੇ ਗੁਰਦੁਆਰਾ ਸਾਹਿਬ ਗੁਰਦੁਆਰੇ ਸਪੈਸ਼ਲੀ ਹੈ ਵੀ ਲੱਸੀ ਜ਼ਰੂਰ ਮਿਲਦੀ ਆ। ਆਪਾਂ ਨੂੰ ਮੰਮੀ ਜੀ ਨੇ ਦੇਤਾ ਮੈਕਰੋ ਜਿਹ 'ਚ ਚੀਜ਼ਾਂ ਗਰਮ ਕਰੀ ਦੀਆਂ। ਆਪਾਂ ਛੱਡ ਆਏ ਹਾਂ ਮੰਮੀ ਜੀ ਹੁਣਾਂ ਨੂੰ ਅਤੇ ਨਾਲੇ ਆਪਾਂ ਨੂੰ ਉਹਨਾਂ ਨੇ ਮੈਕਰੋ ਦਿੱਤਾ ਜਿਹੜਾ ਤੁਹਾਨੂੰ ਦੱਸਿਆ ਵੀ ਉਹ ਚੀਜ਼ਾਂ ਵਗੈਰਾ ਗਰਮ ਕਰਦੇ ਮੈਕਰੋ ਹੀ ਨਾ ਤੁਹਾਨੂੰ ਉਹ ਦਿੱਤਾ ਆਪਾਂ ਨੂੰ। ਉਹਦੇ ਵਿੱਚ ਹੁਣ ਕੁਛ ਨਾ ਕੁਛ ਬਣਾ ਕੇ ਦੇਖਾਂਗੇ। ਪੀਜ਼ਾ ਬਣਾਵਾਂਗੇ ਆਪਾਂ ਪਹਿਲਾਂ ਤਾਂ, ਹੈ ਨਾ? ਪੀਜ਼ਾ ਬਣਾ ਕੇ ਦੇਖਾਂਗੇ ਕਿਸੇ ਦਿਨ ਵੀ ਕਿਵੇਂ ਦਾ ਬਣਦਾ ਭਲਾ ਉਹ। ਜੇ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਾ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਅਤੇ ਮਿਲਦੇ ਹਾਂ ਨੈਕਸਟ ਵਲੌਗ 'ਚ ਘੈਂਟ ਜਿਹਾ ਵਲੌਗ ਲੈ ਕੇ। ਸਤਿ ਸ਼੍ਰੀ ਅਕਾਲ।